ਮੌਸਮ ਬਹਾਰ ਤੇ ਗੰਦਮ ਦੀ ਕਟਾਈ ਦੀ ਖੁਸ਼ੀ ਵਿੱਚ ਸਰਾਏ ਆਲਮਗੀਰ ਦੇ ਨਵਾਈ ਪਿੰਡ ਪੁਰਾਣ ਵਿੱਚ ਪੰਜਾਬ ਦੀ ਪੰਜਾਬੀ ਰਵਾਇਤ ਨੂੰ ਜ਼ਿੰਦਾ ਰੱਖਣ ਲਈ ਘੋੜ ਸਵਾਰ ਨੇਜ਼ਾ ਬਾਜ਼ੀ ਦਾ ਮੁਕਾਬਲਾ ਕਰਵਾਇਆ ਗਿਆ, ਜਿਹਦੇ ਵਿੱਚ ਪੰਜਾਬ ਭਰ ਦੇ 300 ਘੋੜਿਆਂ ਤੇ ਘੋੜ ਸਵਾਰਾਂ ਨੇ ਹਿੱਸਾ ਲਿੱਤਾ ਤੇ ਆਪਣੇ ਆਪਣੇ ਅੰਦਰ ਦੇ ਪੰਜਾਬੀ ਜੋਹਰ ਦਿਖਾਏ। ਇਸ ਮੁਕਾਬਲੇ ਨੂੰ ਸ਼ਾਇਕੀਨ ਦੀ ਇੱਕ ਵੱਡੀ ਤਾਦਾਦ ਨੇ ਬੇਹੱਦ ਪਸੰਦ ਕੀਤਾ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਘੋੜ ਸਵਾਰ ਸਾਡੀ ਰਵਾਇਤ ਹੈ, ਅਸੀਂ ਇਹਨੂੰ ਜ਼ਿੰਦਾ ਰੱਖਣ ਵਾਸਤੇ ਨੇਜ਼ਾਬਾਜ਼ੀ ਕਰਦੇ ਹਾਂ। ਮੁਕਾਬਲਾ ਘੋੜ ਸਵਾਰ ਨੇਜ਼ਾਬਾਜ਼ੀ ਦੇ ਆਰਗਨਾਈਜ਼ਰ ਤੇ ਮਹਿਮਾਨ ਖਸੂਸੀ ਰਾਜਾ ਅਸਗਰ ਅਲੀ ਪ੍ਰਿੰਸ ਤੇ ਰਾਜਾ ਨਈਮ ਨਵਾਜ਼ ਨੇ ਦੱਸਿਆ ਹੈ ਕਿ ਇਹ ਖੇਡ ਸਾਡੀ ਸਕਾਫਤ ਦਾ ਹਿੱਸਾ ਹੈ ਜਿਹਨੂੰ ਅਸੀਂ ਜ਼ਿੰਦਾ ਰੱਖਣਾ ਚਾਹੁੰਦੇ ਹਾਂ। ਗੰਦਮ ਦੀ ਕਟਾਈ ਵੀ ਹੈ, ਮੌਸਮੇ ਬਾਹਰ ਜਾ ਰਿਹਾ, ਉਸ ਕਟਾਈ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਲੋਕਾਂ ਨੂੰ ਖੁਸ਼ੀ ਦਾ ਮੌਕਾ ਦਿੱਤਾ ਗਿਆ ਕਿ ਉਹ ਆਪਣੀ ਖੁਸ਼ੀ ਦਾ ਇਜ਼ਹਾਰ ਕਰਨ ਔਰ ਉਸ ਤੋਂ ਬਾਅਦ ਆਪਣੀ ਕਟਾਈ ਦੇ ਭਰਪੂਰ ਹਿੱਸਾ ਲਵਣ। ਇਹ ਜਿਹੜੀ ਨੇਜ਼ਾਬਾਜ਼ੀ ਸਿਰਫ ਇੱਕ ਗੇਮ ਨਹੀਂ ਬਲਕਿ ਇੱਕ ਆਪਣੀ ਸਕਾਫਤ ਨੂੰ ਉਜਾਗਰ ਕਰਨ ਦਾ ਜ਼ਰੀਆ ਹੈ। ਇੰਡੀਆ ਦੋਸਤ ਸਾਡੇ ਆਏ ਨੇ, ਸਾਡੀ ਖੁਸ਼ੀ 'ਚ ਉਹਨਾਂ ਨੇ ਹਿੱਸਾ ਲਿਆ, ਅਸੀਂ ਉਹਨਾਂ ਦੇ ਬੜੇ ਮਸ਼ਕੂਰ ਹਾਂ। ਘੋੜ ਸਵਾਰ ਨੇਜ਼ਾਬਾਜ਼ੀ ਇੱਕ ਪੰਜਾਬੀ ਰਵਾਇਤ ਹੈ ਜਿਹਨੂੰ ਜ਼ਿੰਦਾ ਰੱਖਣ ਲਈ ਅੱਜ ਸਰਾਏ ਆਲਮਗੀਰ ਦੇ ਵਿੱਚ ਵੀ ਘੋੜ ਸਵਾਰ ਨੇਜ਼ਾਬਾਜ਼ੀ ਦਾ ਮੁਕਾਬਲਾ ਕਰਵਾਇਆ ਗਿਆ ਹੈ, ਜਿਹਦੇ ਵਿੱਚ ਇਹ ਘੋੜਾ ਕਾਮਯਾਬ ਹੋਇਆ ਹੈ। ਕੈਮਰਾਮੈਨ ਆਯਮ ਦੇ ਨਾਲ ਅਰਸ਼ਦ ਸੀਨਾ, ਆਪਣਾ ਨਿਊਜ਼, ਸਰਾਏ ਆਲਮਗੀਰ।